और यूएसएड साडे फौज दे जेडे स्ट्रेटेजिक वेपन ने ओदे विच कोई अमेरिकन वेपन नहीं हैगा साडा सवाए कुछ F-16 ਦੇ ਠੀਕ ਕਹਿੰਦੇ ਆ F-16 ਉਹ ਵੀ ਤੁਹਾਨੂੰ ਪਤਾ ਕਿਸ ਨੂੰ ਮਿਲੇ ਨੇ ਉਹ ਕਿੰਨੇ ਸਾਲਾਂ ਦੇ ਬਾਅਦ ਪੈਸੇ ਦੇ ਕੇ ਤੁਸੀਂ ਬੈਠ ਰਹੇ ਹੋ ਨਾਲ ਸੂਦ ਵੀ ਦਿੰਦੇ ਰਹੋ ਪੈਸੇ ਵੀ ਦਿੱਤੇ ਨੇ ਨਾਲ ਸੂਦ ਵੀ ਤੁਸੀਂ ਦਿੰਦੇ ਰਹੋ ਮਸਲਾ ਸਿਰਫ ਇਹੀ ਹੈ ਨਾ ਜੀ ਕਿ ਕੌਮੀ ਖੁਦਮੁਖਤਾਰੀ ਤੁਸੀਂ ਕੌਮ ਨੂੰ ਨਾਲ ਲੈ ਕੇ ਤੇ ਚੱਲੋ ਨਾ ਠੀਕ ਹੈ ਤੁਸੀਂ ਉਹ ਕਹਿ ਰਹੇ ਹੋ ਕਿ ਅਸੀਂ ਇਤਮਾਦ ਵਿੱਚ ਲਵਾਂਗੇ ਵੀ ਕਿਸ ਬੁਨਿਆਦ ਤੇ ਇਤਮਾਦ ਵਿੱਚ ਲਵੋਗੇ ਕੋਈ ਉਹਨਾਂ ਨੂੰ ਹਕੀਕਤ ਹਾਲ ਤੇ ਦੱਸੋ ਅਸਲ ਸੂਰਤ ਹਾਲ ਉਹੀ ਕੀ ਹੈ ਇਹ ਅਜੇ ਤੱਕ ਵਾਅਦੇ ਨਹੀਂ ਹੋ ਸਕੀ 8-7 ਦਿਨ ਅਸਲ ਸੂਰਤ ਹਾਲ ਕੀ ਹੈ ਇਹੋ ਹੀ ਗੱਲ ਹੈ ਜਿਹੜੀ ਡਾ ਸਾਹਿਬ ਨੇ ਉਠਾਈ ਇਹੋ ਹੀ ਕਿ ਪਹਿਲੀ ਖਬਰ ਹੀ ਸਦਰ ਓਬਾਮਾ ਲੋ ਆਉਂਦੀ ਹੈ ਔਰ ਬ੍ਰੇਕਿੰਗ ਨਿਊਜ਼ ਦੇ ਦੌਰ ਔਰ ਉਸ ਤੋਂ ਬਾਅਦ ਜਿੰਨੀਆਂ ਖਬਰ ਬ੍ਰੇਕ ਹੁੰਦੀਆਂ ਨੇ ਉਹ ਅਮਰੀਕਾ ਬਾਦਰ ਤੋਂ ਹੁੰਦੀਆਂ ਨੇ ਤੁਸੀਂ ਕਿਉਂ ਨਹੀਂ ਇਹ ਸਾਰੀ ਸੂਰਤ ਹਾਲ ਨੂੰ ਆਵਾਮ ਨੂੰ ਆਗਾਹ ਕਰਦੇ ਬਿਲਕੁਲ ਬਿਲਕੁਲ ਇਹ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਅੱਜ ਕਿਹਾ ਤੁਸੀਂ ਸਪੀਚ ਸੁਣੀ ਹੈ ਤੇ ਸਾਰਾ ਕੁਝ ਤੇ ਸੁਣਿਆ ਤੁਸੀਂ ਉਹਨਾਂ ਨੇ ਕਿਹਾ ਕਿ ਇਹ ਸਾਡਾ ਮੈਂ ਇਹੀ ਕਿਹਾ ਕਿ 7 ਦਿਨ ਬਾਅਦ ਅੱਜ ਉਹਨਾਂ ਨੇ ਗੱਲ ਕੀਤੀ ਤੁਸੀਂ 7 ਦਿਨ ਬਾਅਦ ਇੱਥੇ ਹੈਗੇ ਨਹੀਂ ਸੀ ਪਾਕਿਸਤਾਨ ਦੇ ਉਹ ਤਾਰੋ ਤੋਂ ਜਵਾਬ ਦੇ ਦਿੰਦੇ ਫਿਰ ਇਹਨਾਂ ਕਹਿੰਦਾ ਜੀ ਕਿ ਪਾਕਿਸਤਾਨ ਦਾ ਵਜ਼ੀਰ ਆਜ਼ਮ ਹੈ ਪੈਰਿਸ ਤੋਂ ਜਵਾਬ ਦੇ ਰਿਹਾ ਸਾਡੀ ਸੂਰਤ ਹਾਲ ਜਿਹੜੀ ਹੈ ਵਜ਼ੀਰ ਆਜ਼ਮ ਦੱਸਣਗੇ ਸਦਰ ਸਾਹਿਬ ਇਸ ਬਾਰੇ ਬਿਲਕੁਲ ਕੁਝ ਨਹੀਂ ਕਹਿਣਗੇ ਔਰ ਖਾਮੋਸ਼ ਰਹਿਣਗੇ ਇਹ ਅੱਜ ਦੀ ਖਬਰ ਸੀ ਜੀ ਮੇਰਾ ਮਤਲਬ ਹੈ ਕਿ ਕਮਾਂਡਰ ਇਨ ਚੀਫ ਕਮਾਂਡਰ ਸਰਬਰਾਹ ਹੋ ਰਹੇ ਨਾ ਜੀ ਸਰਬਰਾਹ ਸਾਹਿਬ ਕਮਾਂਡਰ ਇਨ ਚੀਫ ਹੈਗੇ ਤੁਹਾਡੀ ਫੌਜ ਦੇ ਬਿਲਕੁਲ ਮੈਂ ਉਹਨਾਂ ਨੇ 52 B2 ਦੇ ਤਹਿਤ ਇਖਤਿਆਰ ਨਹੀਂ ਦੇ ਬਿਲਕੁਲ ਇੱਕ ਅੱਛੀ ਗੱਲ ਜਿਹੜੀ ਹੋਈ ਹੈ ਨਾ ਉਹ ਹੈਗਾ ਕਿ ਜੁਮੇ ਨੂੰ ਪਾਰਲੀਮੈਂਟ ਦਾ ਜੁਆਇੰਟ ਸੈਸ਼ਨ ਹੈ ਤਮਾਮ ਪਾਰਟੀਆਂ ਦੇ ਬੈਂਬਰਾਂ ਦਾ ਜੁਆਇੰਟ ਸੈਸ਼ਨ ਹੀ ਹੋਇਆ ਸੀ ਕੈਮਰਾ ਬਰੀਫਿੰਗ ਹੋਏਗੀ ਇਨ ਕੈਮਰਾ ਬਰੀਫਿੰਗ ਹੋਈ ਹੈ ਉੱਤੇ ਸਾਰਾ ਕੁਝ ਦੱਸ ਦਿੱਤਾ ਜਾਏਗਾ ਸਭ ਉਹਨਾਂ ਦਾ ਅਸੀਸ ਸਾਹਿਬ ਉਹ ਪਹਿਲੀ ਜਿਹੜੀ ਸੀ ਬਰੀਫਿੰਗ ਉਹ ਔਰ ਵਾਰਡ ਆਰਡਰ ਦੀ ਸਿਚੁਏਸ਼ਨ ਸੀ ਜਿਹੜਾ ਕਿ ਇਹ ਤੇ ਇੱਕ ਸਪੈਸੀਫਾਈ ਇਸ਼ੂ ਹੈ ਨਾ ਉਸਾਮਾ ਬਿਨ ਲਾਦਨ ਅਮਰੀਕਾ ਨੇ ਆ ਕੇ ਅਟੈਕ ਕੀਤਾ ਇਹਦੇ ਜਿਹੜੇ ਸਾਡੇ ਬਾਪ ਹੋਏ ਨੇ ਇੰਟਰਨੈਸ਼ਨਲ ਕਮਿਊਨਿਟੀ ਚ ਕੀ ਹੋਇਆ ਪਾਕਿਸਤਾਨੀ ਹਾਲਾਤ ਕਿਸ ਤਰ੍ਹਾਂ ਦੇਖ ਰਹੇ ਨੇ ਜਾਂ ਦੁਨੀਆ ਕਿਸ ਤਰ੍ਹਾਂ ਦੇਖ ਰਹੀ ਹੈ ਉਦੋਂ ਸਪੈਸੀਫਿਕ ਕੈਮਰਾ ਸੈਸ਼ਨ ਹੋਇਆ ਸੀ ਇਸ ਕਰਕੇ ਹੋ ਰਿਹਾ ਦਹਿਸ਼ਤਗਰਦੀ ਦੇ ਬਾਰੇ ਚ ਗੱਲਾਂ ਹੋਈਆਂ ਸਨ ਬਹੁਤ ਬਹੁਤ ਮੈਂ ਇੱਥੇ ਜਰਾ ਬ੍ਰੇਕ ਲਵਾਂਗਾ ਨਾਜ਼ਰੀਨ ਤੇ ਛੋਟੀ ਜੀ ਬ੍ਰੇਕ ਲਵਾਂਗੇ ਔਰ ਬ੍ਰੇਕ ਤੋਂ ਬਾਅਦ ਅਸੀਂ ਇਹ ਦੇਖਨੇ ਆ ਕਿ 13 ਮਈ ਨੂੰ ਜਿਹੜਾ ਇਨ ਕੈਮਰਾ ਸੈਸ਼ਨ ਹੁੰਦਾ ਉਹਦੇ ਚ ਕੀ ਹੋਏਗਾ ਇਹਦੇ ਤੇ ਗੁਫ਼ਤਗੂ ਕਰਾਂਗੇ जी वेलकम बैक 13 मई की गल कर रहे हैं कि जॉइंट सैशन होएगा पार्लीमेंट का लेकिन इन कैमरा है बाद जी पता लगेगा लेकिन गल है वे कि जी गल की है वजीर अजम साहब ने कि दूसरों की गलती का जिम्मेदार सानू क्यों ठहराया जाता है गलतियां साड़ियां नहीं गलतियां उन्होंने गलतियां किन्हां दियां ने गुफ्तगू करने डॉक्टर श्री मजारी तारिक वारसी साहब और अकरम मसीह गिल साहब साढ़े नाल ने जी ਤੁਸੀਂ ਕੋਈ ਗੁਫ਼ਤਗੂ ਕਰਨਾ ਚਾਹ ਰਹੇ ਹੋ ਤੇ ਉਹ ਕਰ ਲਓ ਅੱਗੇ ਵਧੀਏ 13 ਮਈ ਨੂੰ ਮੈਂ ਤੁਹਾਨੂੰ ਦੱਸਿਆ ਕਿ ਪ੍ਰਾਈਮ ਮਿਨਿਸਟਰ ਨੇ ਬਸ 13 ਮਈ ਨੂੰ ਛੱਡ ਦਿੰਨੇ ਆ ਸੀ ਦਾ ਸਾਹਿਬ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਾਂਗਾ ਵਜ਼ੀਰ ਸਾਹਿਬ ਨੇ ਤਕਰੀਰ ਵਿੱਚ ਕਿਹਾ ਕਿ ਸਾਡੇ ਜਿਹੜੇ ਸਟ੍ਰੈਟਜਿਕ ਸਾਸੇ ਨੇ ਅਗਰ ਉਹਨਾਂ ਤੇ ਅਟੈਕ ਕੀਤਾ ਗਿਆ ਤੇ ਫਿਰ ਅਸੀਂ ਭਰਪੂਰ ਜਵਾਬ ਦੇਣ ਦੀ ਅਲੀਤ ਵੀ ਰੱਖਨੇ ਆ ਕੂਵਤ ਵੀ ਰੱਖਨੇ ਔਰ ਮੂੰਹ ਤੋੜ ਜਵਾਬ ਦੇਾਂਗੇ ਮਤਲਬ ਕੀ ਹੈ ਇਹਦਾ ਇਹ ਤੇ ਅੱਲਾ ਦਾ ਸ਼ੁਕਰ ਹੈਗਾ ਕਿ ਸਟ੍ਰੈਟਜਿਕ ਸਾਸੇ ਇਸ ਤਰ੍ਹਾਂ ਦੇ ਹੈਗੇ ਕਿ ਉਹਨਾਂ ਦੇ ਉੱਤੇ ਅਟੈਕ ਨਹੀਂ ਹੋ ਸਕਦਾ ਇਹ ਜਿਹੜੀ ਗੱਲ ਹੈਗੀ ਨਾ ਕਹੂਟਾ 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 ਦੇ ਸਾਡੇ ਸਟ੍ਰੈਟੇਜਿਕ ਐਸੈਟਸ ਨਹੀਂ ਹੈਗੇ ਇਹ ਪ੍ਰੀ 1998 ਦੀ ਗੱਲ ਸੀ ਉਹ ਯੂਰੇਨੀਅਮ ਇਨਰਿਚਮੈਂਟ ਫੈਸਿਲਿਟੀ ਹੈਗੀ ਤੁਹਾਡੇ ਅਸਲ ਜਿਹੜੇ ਮਿਸਾਈਲਸ ਵਗੈਰਾ ਨੇ ਉੱਥੇ ਨਹੀਂ ਹੈਗੇ ਤੇ ਇਹ ਤੇ ਦੂਜੀ ਗੱਲ ਇਹ ਅਟੈਕ ਤੁਹਾਡੇ ਨਿਊਕਲੀਅਰ ਵੈਪਨਸ ਨੂੰ ਅਟੈਕ ਕਰਨਗੇ ਤੇ ਉਹ ਤੇ ਫਟ ਜਾਣਗੇ ਵੈਪਨਸ ਦਾ ਪਰਪਸ ਵਿਲ ਬੀ ਡਿਫੀਟਡ ਤੇ ਚੁੱਕ ਕੇ ਕੋਈ ਲੈ ਕੇ ਜਾ ਨਹੀਂ ਸਕਦਾ ਇਹ ਗੱਲ ਤੇ ਅਲੱਗ ਗੱਲ ਹੈਗੀ ਤੁਹਾਡੇ ਉੱਤੇ ਹੋਰ ਕਿਸਮ ਦਾ ਪ੍ਰੈਸ਼ਰ ਨਿਊਕਲੀਅਰ ਇਸ਼ੂ ਤੇ ਆਏਗਾ ਲੇਕਿਨ ਇਹ ਸਿਰਫ ਸਟ੍ਰੈਟੇਜਿਕ ਅਸਾਸੇ ਦੀ ਗੱਲ ਨਹੀਂ ਹੈਗੀ ਗੱਲ ਹੈਗੀ ਸਾਡੀ ਸਰਜ਼ਮੀਨ ਦੀ ਸਿਕਿਉਰਿਟੀ ਮਤਲਬ ਅਮਰੀਕਨ ਹੈਲੀਕਾਪਟਰ ਤੁਹਾਡੇ ਇਸਲਾਮਾਬਾਦ ਦੇ ਕੋਲ ਆ ਜਾਂਦੇ ਨੇ ਫੌਜ ਅਮਰੀਕਨ ਪਹੁੰਚ ਜਾਂਦੀ ਤੁਹਾਨੂੰ ਪਤਾ ਹੀ ਨਹੀਂ ਹੈਗਾ ਤੇ ਕੱਲ ਕੋ ਉਹ ਤੁਹਾਡੇ ਕੈਪੀਟਲ ਨੂੰ ਬੰਬ ਕਰਦੇ ਕੁਇਟਾ ਨੂੰ ਕਰਦੇ ਕਿਸੇ ਜਗ੍ਹਾ ਨੂੰ ਵੀ ਕਰਦੇ ਸਟ੍ਰੈਟੇਜਿਕ ਅਸਲ ਸਟ੍ਰੈਟੇਜਿਕ ਅਸਾਸੇ ਤੇ ਤੁਹਾਡੀ ਕੌਮ ਹੈਗੀ ਤੇ ਤੁਹਾਡੀ ਸਰਜ਼ਮੀਨ ਹੈਗੀ ਤੇ ਉਹਦੇ ਵਿੱਚ ਉਹ ਹਮਲੇ ਕਰਦੇ ਤੇ ਬੰਬ ਫੇਂਕਦੇ ਕੁਝ ਵੀ ਕਰ ਸਕਦੇ ਆ ਫਿਰ ਤੁਸੀਂ ਕੀ ਕਰੋਗੇ ਇਹ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਵਜ਼ੀਰ ਅਜ਼ਮ ਸਾਹਿਬ ਨੇ ਕਿ ਲੋਕਾਂ ਦੀਆਂ ਗਲਤੀਆਂ ਸਾਡੀਆਂ ਤੇ ਗਲਤੀਆਂ ਹੀ ਨਹੀਂ ਕਿਹਨਾਂ ਦੀਆਂ ਗਲਤੀਆਂ ਨੇ ਕਿਹੜੀਆਂ ਭੁਗਤ ਰਹੇ ਸੀ ਅਸੀਂ ਸਾਡੀ ਜ਼ਿਆਉਲ ਹੱਕ ਦੇ ਵਕਤ ਹੀ ਸਾਡੀ ਗਲਤੀਆਂ ਤੇ ਕਿ ਅਸੀਂ ਅਮਰੀਕਾ ਦੇ ਨਾਲ ਮਿਲ ਕੇ ਇਹ ਪਹਿਲੇ ਸੋਵੀਅਤ ਯੂਨੀਅਨ ਦੇ ਖਿਲਾਫ ਤੇ ਅਫਗਾਨਿਸਤਾਨ ਦੇ ਅਸਲ ਸੋਵੀਅਤ ਯੂਨੀਅਨ ਵਾਲੀ ਕੰਮ ਹੈ ਨਾ ਉਹ ਤੋਂ ਬਾਅਦ ਉਹ ਸ਼ੁਰੂ ਤੇ ਉਧਰੋਂ ਹੋਇਆ ਸੀ ਤੇ ਸਾਡੇ ਲੋਕ ਵੀ ਮੁਲਵਿਸ ਸਨ ਉਸ ਵਕਤ ਵੀ ਹੁਣ ਵੀ ਤੁਹਾਡੇ ਲੋਕ ਮੁਲਵਿਸ ਨੇ ਡਰੋਨ ਹਮਲਿਆਂ ਦੀ ਇਜਾਜ਼ਤ ਤੁਸੀਂ ਦੀ ਵੀ ਹੈਗੀ ਤੇ ਅਸਲ ਗੱਲ ਇਹ ਹੈਗੀ ਅਸਲ ਗਲਤੀ ਜਿਹੜੀ ਹੈ ਇਸ ਵਕਤ ਉਹਦੇ ਵਿੱਚ ਤੇ ਪਾਕਿਸਤਾਨੀ ਹਕੂਮਤ ਦਾ ਤੇ ਪਾਕਿਸਤਾਨੀ
फौज की लीडरशिप का कसूर हैगा, इंटेलीजेंस फेलियर, एयरफोर्स का फेलियर, रेडार फेलियर, अर्ली वार्निंग सिस्टम फेलियर, गलती तो कोई नहीं, अमरीका ने अपना मकसद जरा पूरा कर लिता तो वह चले गए, कसूर तो थोड़ा ले आया कि तुसी यू फेल्ड, तुसी अपने मुल्क की अपनी सरजमीन नू हमले के खिलाफ नहीं बचा डिफेंस नहीं कर सके, अखा बंद रही जी गल की ना, असल नुकता है ये कि गलतियां किसी दी भी होन जिहड़ियां साडियां ने उन्होंने तो कम अज कम एडमिट करना चाहिए ना, जिन्ने चिर असीं अपनी गलतियां नूं तस्लीम नहीं करेंगे तो उन्हें सलाह किस तरह हो सकेगी। देखो ना प्राइम मिनिस्टर साहब ने समझाई गए कि इंटेलिजेंस शेयरिंग तो ऑलरेडी है, डा साहब ने इस नुकते अल इशारा किया, अगर ये शेयरिंग है तो फिर अमरीका पाकिस्तान नूं क्यों एतमाद च नहीं लैंदा या उहदा की प्रॉब्लम सी? देखो जी अज खुद भी प्राइम मिनिस्टर साहब ने कहा कि इंटेलीजेंस का साडा फेलियर सी, नाकाम रहा, मतलब पूरा उन्होंने ओपनली एक गल मसले तो की है सारी, आखिर वो जिम्मेदारी कि आती है अगर खुद असी तस्लीम कर रहे हैं कि साढ़े इंटेलीजेंस इदारों की नाकामी है या सारी सूरत हाल या सारा सुनियारो या तनाजरे असी गल करिए तो वाकई ये साबित तो होंगे इस वास्ते तो बकायदा कमेटी एक तहकीकाती कमेटी बनाई गई है जिसका सरबराह भी आर्मी के एक आला अफसर मुकर्र किया गया, देयर इज समथिंग होया ना तो फिर ही ऐलान करना पै ना, दूसरी कमेटी भी एक बनी है, हूँ देखो उन्होंने नतज कदों सामने आते हैं या नहीं सामने कदों आते हैं। छोटा जहा कि लियाकत अली खान तो चलिए, लियाकत अली खान गया तो फारिग हो गया, वह कातल उस जगह पर ही बेनजीर गई तो वो जाय शहादत तो दिता गया, हूँ कहें सामने वो कंपाउंड जिद जी रहना सी उन्होंने भी डिमोलिश कर दौ, डिसमेंटलिंग कर दौ, मतलब डिमोलिश करन तो बाद कमेटी जी को फिर करेगी, कमीशन बैठेगी। असल गल ये हैगी कि कभी भी इस कौम बदकिस्मती है इस कौम दी कि जड़ी भी इंक्वायरी हुई है कोई गल सामने नहीं आई। अगर मसीह साहब एक गल है कि देखो जी गल की गई असी सब अपनी जगह पर अदारे का तहफ़ हर पाकिस्तानी डॉक्टर समेत सारे असी जितने बैठे हैं असी अपने अदारे की फेवर चाँ वो हमायत चाँ ये कोई दो राय नहीं, लेकिन चीज़ ये कि एक चीज़ फेलियर है ना, चाहे वह इंटेलीजेंस फेलियर रहे चाहे वह तामन फेलियर रहे, और अगर साढ़े स्ट्रैटेजिक असास है जिस तरह के कि सब तो पहले तो आवाम ने ना जी आवाम की गुफ्तगी तुम ये दसो कि जड़ी चीज़ा नाकामिया ने लोगों दी गलतियां नहीं साड़ियां ने, फिर गलतियां किस तरह सुधरनगियां, कौन जिम्मेदार है इन्होंने गलतियों का? बिल्कुल ऐसा जिम्मेदार गवर्नमेंट है, स्टेट है, प्राइम मिनिस्टर साहब ने उन्होंने तस्करा भी किया, बिल्कुल मैं गल में एडमिट करना, तो मैं इस करके पहले ही क्या है कि बड़ा अहम इशू है, ओसामा बिन लादन एडा अहम नहीं है, पाकिस्तान की इस्लामियत अहम है, पाकिस्तान की खुदमुख्तारी अहम है, तो यह हवाले नाल मैं समझना है कि अमरीका नाल भी जो पाकिस्तान के जो तलुकात ने उन्होंने भी हुण रिव्यू करन की जरूरत है, हकूमत नूं यह हवाले नाल सख्त नोटिस लैन की जरूरत है कि अगर यह रिव्यू ना किए गए मामलात अगर पाकिस्तान सारी दुनिया आज बिशप ऑफ कैंटरबरी ने कई अमरीकना ने भी गल उठाई है, आज स्विस डिफेंस मिनिस्टर ने भी उठाई है, सानू भी उठानी चाहिए हैगी कि अगर ओसामा अनआर्म्ड सी तो इंटरनेशनल लॉ के खिलाफ है तो गोली मारो।